ਜੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਹ ਸਿੰਘ ਜੀ ਨੂੰ ਭਾਵੇ ਫਤਿਹ ਬੁਲਾਵੇ ਨਿਹਾਲ ਹੋ ਜਾਵੇ ਸ੍ਰੀ ਅਕਾਲ ਗੁਰਵਾਰੇ ਅਕਾਲ ਦੇਖ ਤੇ ਫਤਿਹ ਖਾਲਸੇ ਪੰਥ ਦੀ ਹਰ ਮਦਾਨ ਹਰ ਦਵਾਨ ਫਤਿਹ ਰੱਖਣੀ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਣ ਵਾਲੇ ਸਾਰੇ ਗੁਰੂ ਦੇ ਸਿੰਘ ਕਮੈਂਟਾਂ 'ਚ ਫਤਿਹ ਦੀ ਸਾਂਝ ਜ਼ਰੂਰ ਪਾਇਓ ਜਿਹਨੂੰ ਵੀਡੀਓ ਚੰਗੀ ਲੱਗੀ ਅਤੇ ਸ਼ੇਅਰ ਜ਼ਰੂਰ ਕਰ ਦਿਓ ਪਹਿਲਾਂ ਤਾਂ ਸਿੰਘਾਂ ਦੇ ਚਿਹਰੇ ਦਾ ਤੁਸੀਂ ਨੂਰ ਵੇਖੋ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਵੀ ਮੇਰਾ ਸਿੰਘ ਲੱਖਾਂ 'ਚੋਂ ਵੀ ਪਛਾਣਿਆ ਜਾਵੇਗਾ ਉਵੇਂ ਗੁਰੂ ਦੇ ਸਿੰਘ ਭਾਵੇਂ ਲੱਖਾਂ 'ਚ ਖੜ੍ਹੇ ਹੋਣ ਦੂਰੋਂ ਪਛਾਣੇ ਜਾਂਦੇ ਨੇ ਗੁਰੂ ਦੇ ਸਿੰਘਾਂ ਦੇ ਤੁਹਾਨੂੰ ਘੋੜੇ ਵਿਖਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਆ ਆਪਣੇ ਯੂਟਿਊਬ ਚੈਨਲ 'ਤੇ ਜਿਹੜੇ ਦੋਸਤ ਆਪਣੇ ਚੈਨਲ 'ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਫੇਸਬੁੱਕ 'ਤੇ ਜੇ ਵੀਡੀਓ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਕਾਫੀ ਦਿਨਾਂ ਬਾਅਦ ਤੁਹਾਡੇ ਵਾਸਤੇ ਮੈਂ ਘੋੜੇ ਦੀ ਵੀਡੀਓ ਲੈ ਕੇ ਆਇਆ ਅਤੇ ਘੋੜਾ ਵੀ ਅਜਿਹਾ ਲੈ ਕੇ ਆਇਆ ਇੱਕ ਨਯਾਬ ਹੀਰਾ ਤੁਹਾਡੀ ਰੂਹ ਖੁਸ਼ ਹੋ ਜੂ ਇਸ ਘੋੜੇ ਨੂੰ ਵੇਖ ਕੇ ਅਤੇ ਇਹਦੀ ਬਲੱਡ ਲਾਈਨ ਸੁਣ ਕੇ ਕਿਉਂਕਿ ਜਿਹੜੀ ਇਸ ਘੋੜੇ ਦੀ ਬਲੱਡ ਲਾਈਨ ਆ ਜਿਹੜਾ ਵੀ ਪੰਜਾਬੀ ਆ ਹਰ ਇੱਕ ਪੰਜਾਬੀ ਦਿਲੋਂ ਪਿਆਰ ਕਰਦਾ ਇਸ ਬਲੱਡ ਲਾਈਨ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਐਡਰੈਸ ਨੋਟ ਕਰ ਲਓ ਕਈ ਦੋਸਤ ਮੈਨੂੰ ਬਾਅਦ 'ਚੋਂ ਫੋਨ ਕਰਦੇ ਹੁੰਦੇ ਸਾਨੂੰ ਪਤਾ ਨਹੀਂ ਲੱਗਿਆ ਵੀ ਘੋੜਾ ਕਿੱਥੇ ਖੜ੍ਹਾ ਘੋੜਾ ਇਹ ਕਪੂਰਥਲੇ ਦੇ ਬਿਲਕੁਲ ਨੇੜੇ ਖੜ੍ਹਾ 1 ਕਿਲੋਮੀਟਰ ਦੀ ਦੂਰੀ 'ਤੇ ਕਾਂਜਲੀ ਰੋਡ ਦੇ ਉੱਪਰ ਧਾਲੀਵਾਲ ਸਟੱਡ ਫਾਰਮ 'ਤੇ ਬਾਬਾ ਜਗਜੀਤ ਸਿੰਘ ਜੀ ਉਹਨਾਂ ਕੋਲ ਅਤੇ ਘੋੜੇ ਦੀ ਹੁਣ ਤੁਹਾਨੂੰ ਮੈਂ ਬਲੱਡ ਲਾਈਨ ਦੱਸਣ ਲੱਗਿਆ ਘੋੜੇ ਦਾ ਨਾਮ ਹੈਗਾ ਜੰਗਬਾਜ ਜੰਗਬਾਜ ਘੋੜਾ ਡਾਇਮੰਡ ਦਾ ਜਿਹੜਾ ਬਾਈ ਜਸਪ੍ਰੀਤ ਕੋਲਾ ਜਗਰਾਮ ਆ ਅਤੇ ਡਾਇਮੰਡ ਆ ਜਿਹੜਾ ਉਹ ਹੈਗਾ ਨਾਗ ਦਾ ਇਹ ਹੂਬਾ ਹੂ ਕਾਪੀ ਨਾਗ ਦੀ ਉਹ ਆ ਉਹੀ ਪਿੱਠ ਪੁੜਾ ਉਵੇਂ ਛਾਤੀ ਉਵੇਂ ਕੰਨ ਕਨੌਤੀ ਅਤੇ ਮੂੰਹ ਮਹਾਂਦਰਾ ਅਤੇ ਅਗਰੈਸਿਵ ਵੀ ਪੂਰਾ ਅਤੇ ਸਾਊ ਵੀ ਬੜਾ ਅਤੇ ਇਹਦੀ ਗਰਦਨ ਦੀ ਬਰੀਕੀ ਦੇਖੋ ਤੁਸੀਂ ਪਿੰਡਾ ਬਹੁਤ ਜ਼ਿਆਦਾ ਬਰੀਕ ਆ ਜਿਵੇਂ ਮੋਮੀ ਕਾਗਜ਼ ਹੁੰਦਾ ਕਾਲਾ ਨਾ ਬਿਲਕੁਲ ਆਪਣੇ ਹੱਥਾਂ 'ਤੇ ਤਿਲਕਦਾ ਹੁੰਦਾ ਉਵੇਂ ਦੀ ਇਹਦੀ ਸਕਿਨ ਆ ਘੋੜੇ ਦੀ ਬਾਬਾ ਜਗਜੀਤ ਜੀ ਮੈਨੂੰ ਦੱਸਦੇ ਸੀ ਪਹਿਲਾਂ ਉਹਨਾਂ ਕੋਲ ਨਾਗ ਦਾ ਬੱਚਾ ਸੀ ਕਿਸੇ ਕਾਰਨ ਕਰਕੇ ਉਹ ਦੇਣਾ ਪੈ ਗਿਆ ਅਤੇ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਕਿਰਪਾ ਕੀਤੀ ਅਤੇ ਆਹ ਸਬੱਬ ਬਣਿਆ ਬਹੁਤ ਚੰਗਾ ਘੋੜਾ ਫਿਰ ਤੋਂ ਦੁਬਾਰਾ ਫਾਰਮ ਦੇ ਉੱਪਰ ਆ ਗਿਆ ਜੰਗਬਾਜ ਹਾਈਟ ਆ ਜਿਹੜੀ ਜੰਗਬਾਜ ਦੀ ਉਹ 65 ਇੰਚ ਆ ਅਤੇ ਉਮਰ ਦਾ ਵੀ ਇਹ ਨਵੀਂ ਦੇ ਹੀ ਆ 4 ਤੋਂ 5 ਸਾਲ ਦੇ ਵਿੱਚ ਇਹਦੀ ਉਮਰ ਆ ਬਾਬਾ ਜੀ ਨੇ ਦੱਸਿਆ ਵੀ ਫਾਰਮ 'ਤੇ ਘੋੜਾ ਇਹਨੂੰ ਥੋੜ੍ਹਾ ਸਮਾਂ ਹੀ ਹੋਇਆ ਪਰ ਪਹਿਲਾਂ ਇਹਦੇ ਰਿਜ਼ਲਟ ਆ ਜਿਹੜੇ ਉਹ ਵੀ ਬਹੁਤ ਸੋਹਣੇ ਆਏ ਆ ਸੋਹਣੇ ਆਉਣ ਵੀ ਕਿਉਂ ਨਾ ਕਿਉਂਕਿ ਬਲੱਡ ਲਾਈਨ ਹੀ ਬਹੁਤ ਸਟਰੋਂਗ ਆ ਘੋੜਾ ਜਿਵੇਂ ਬੋਡੀ ਬਣਤਰ ਦਾ ਵਧੀਆ ਹੱਡਾਂ ਪੈਰਾਂ ਦਾ ਮਜ਼ਬੂਤ ਆ ਅਤੇ ਉਵੇਂ ਕੰਨ ਕਨੌਤੀ ਦਾ ਗਰਦਨ ਦਾ ਬਹੁਤ ਸੁਨੱਖਾ ਇਹਦੀ ਗਰਦਨ ਬਹੁਤ ਪਿਆਰੀ ਆ ਤੁਸੀਂ ਸਾਹਮਣੇ ਦੇਖੋ ਵੀ ਗਰਦਨ ਅਤੇ ਮੂੰਹ ਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਬਹੁਤ ਸੋਹਣੀ ਆ ਪੂਰੀ ਐਨ ਚੌੜੀ ਛਾਤੀ ਸੁੰਬ ਸੰਬ ਐਨ ਪੂਰਾ ਮਜ਼ਬੂਤ ਆ ਜਿਵੇਂ ਅਕਸਰ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਮੱਝੂ ਕੇ ਖਾਨਦਾਨ ਦੇ ਵਿੱਚ ਤੋਰਾ ਬਹੁਤ ਆ ਬਈ ਤੋਰਾ ਵੀ ਤਾਂ ਹੀ ਹੋਊਗਾ ਜੇ ਹੱਡਾਂ ਪੈਰਾਂ ਦਾ ਘੋੜਾ ਮਜ਼ਬੂਤ ਹੋਊ ਅੰਦਰ ਸਰੀਰ 'ਚ ਜਾਨ ਹੋਊ ਲਹੂ ਦਾ ਗਰਮ ਹੋਊਗਾ ਅਤੇ ਘੋੜਾ ਗਰਮ ਵੀ ਬਹੁਤ ਆ ਅਤੇ ਇਸ ਘੋੜੇ ਨੂੰ ਦੇਖ ਕੇ ਭੁੱਖ ਲੈਂਦੀ ਆ ਤੁਹਾਡੀ ਰੂਹ ਆ ਜਿਹੜੀ ਉਹ ਤਰੋ ਤਾਜ਼ਾ ਹੋ ਜੂਗੀ ਕਈ ਦੋਸਤਾਂ ਨੂੰ ਜਿਵੇਂ ਸ਼ਿਕਵਾ ਰਹਿੰਦਾ ਵੀ ਅਸੀਂ ਨਾਗ ਨਹੀਂ ਦੇਖਿਆ ਤਾਂ ਇਸ ਘੋੜੇ ਨੂੰ ਦੇਖ ਲਿਓ ਤੁਹਾਡੀ ਜਿਹੜੀ ਰੂਹ ਆ ਨਾ ਉਹ ਖੁਸ਼ ਹੋ ਜੂਗੀ ਜਿਵੇਂ ਦਾ ਨਾਗ ਸੀ ਹੂਬਾ ਹੂ ਉਵੇਂ ਦੀ ਜੰਗਬਾਜ ਆ ਅਤੇ ਫੀਸ ਬਾਬਾ ਜੀ ਨੇ 21,000 ਰੁਪਇਆ ਰੱਖਤੀ ਇਸ ਦੀ ਪਰ ਜਿੱਥੇ ਗੁਰੂ ਦੇ ਨਿਸ਼ਾਨ ਝੂਲਦੇ ਹੋਣ ਉੱਥੇ ਕਦੇ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ ਇਸ ਕਰਕੇ ਬੇਝਿਜਕ ਹੋ ਕੇ ਤੁਸੀਂ ਬਾਬਾ ਜੀ ਨੂੰ ਫੋਨ ਕਰ ਲਿਓ ਜਿਸ ਕਿਸੇ ਨੇ ਬਰੀਡਿੰਗ ਸਰਵਿਸ ਲੈਣੀ ਹੋਵੇ ਜੰਗਬਾਜ ਤੋਂ ਬਾਬਾ ਜੀ ਉਹਨਾਂ ਦੇ ਫਾਰਮ ਦੇ ਉੱਪਰ ਘੋੜੀ ਰੱਖਣ ਦੀ ਸੁਵਿਧਾ ਡਾਕਟਰ ਵਗੈਰਾ ਦੀ ਸਾਰੀਆਂ ਸਹੂਲਤਾਂ ਤੁਹਾਨੂੰ ਮਿਲ ਜਾਣਗੀਆਂ ਇਸ ਫਾਰਮ 'ਤੇ ਹੋਰ ਬਹੁਤ ਚੰਗੇ ਜਾਨਵਰ ਨੇ ਮੱਝੂ ਕੇ ਬਲੱਡ ਲਾਈਨ ਦੇ ਵੀ ਇੱਕ ਬਸ਼ੇਰੀਆ ਕਮੈਤ ਇੱਕ ਰੰਗੀ ਬਹੁਤ ਸੋਹਣੀ ਆ ਉਹ ਵੀ ਆਪਾਂ ਤੁਹਾਨੂੰ ਬਾਬਾ ਜੀ ਦੀ ਆਪਾਂ ਇੰਟਰਵਿਊ ਕਰੀ ਆ ਉਸ ਦੇ ਵਿੱਚ ਉਹਦੀ ਡਿਟੇਲ ਵੀ ਦੇਵਾਂਗੇ ਅਤੇ ਇੱਕ ਫੌਜੀ ਘੋੜੇ ਦੀ ਬੱਚੀ ਆ ਅਤੇ ਇੱਕ ਹਿਮਾਲਿਆ ਦੀ ਦੁੱਲੇ ਤੋਂ ਗੱਭਣਾ ਮਤਲਬ ਬਹੁਤ ਚੰਗੀ ਕਲੈਕਸ਼ਨ ਇਸ ਫਾਰਮ ਦੇ ਉੱਪਰ ਬਾਬਾ ਜੀ ਨੇ ਇਕੱਠੀ ਕਰੀ ਹੋਈ ਆ ਅਤੇ ਧੰਨਵਾਦ ਮਾਵੀ ਪ੍ਰਧਾਨ ਦਾ ਜਿਸ ਭਰਾ ਕਰਕੇ ਆਪਾਂ ਬਾਬਾ ਜੀ ਨੂੰ ਮਿਲ ਸਕੇ ਜਿਨ੍ਹਾਂ ਦੇ ਥਰੂ ਮਿਲੇ ਬਹੁਤ ਪ੍ਰੇਮ ਪਿਆਰ ਆ ਬਾਈ ਹੋਰਾਂ ਦਾ ਵੀ ਬਾਬਾ ਜੀ ਨਾਲ ਬਾਕੀ ਥੋੜ੍ਹੇ ਟਾਈਮ ਤੱਕ ਆਪਾਂ ਇੰਟਰਵਿਊ ਪਾਵਾਂਗੇ ਆਪਣੇ ਚੈਨਲ ਦੇ ਉੱਪਰ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਜੰਗਬਾਜ ਕਮੈਂਟਾਂ 'ਚ ਤੁਸੀਂ ਜ਼ਰੂਰ ਦੱਸਿਓ
मैं फिर कह रहा जिन्हें किसी पुराने ब्रीडिंग सर्विसेज घोड़े तो लैनी हुई तो बेझिझक हो के तुसी बाबा जी ने फोन कर लियो। फोन आ जड़ा मैं स्क्रीन के उपर नंबर चल रहा। तो धन्यवाद सारे दोस्तों का वीडियो देखने वास्ते अपने नाल जुड़े रहने वास्ते। तो मैं अपने वालों पूरी कोशिश करता रहूँगा कि एवें तो चंगे तो सुनखे मजबूत घोड़े जो कि अपने पंजाब की शान ने तुहाडे रूबरू करते रहिए। मिलांगे दोस्तों किसी अगली वीडियो च। धन्यवाद सारे दोस्तों।